ਜਿੱਥੇ ਕੋਰੋਨਾ ਦੀ ਰੋਕਥਾਮ ਲਈ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਵੈਕਸੀਨ ਕੈਂਪ ਲਗਾਏ ਜਾ ਰਹੇ ਹਨ, ਉੱਥੇ ਹੀ ਫਗਵਾੜਾ ਦੇ ਨੇੜਲੇ ਪਿੰਡ ਚਹੇੜੂ ਵਿਖੇ ਚੌਥਾ ਵੈਕਸੀਨ ਕੈਂਪ ਲਗਾਇਆ ਗਿਆ। ਇਸ ਮੌਕੇ ਤੇ ਮੈਡਮ ਪਰਮਿੰਦਰ ਕੌਰ ਅਤੇ ਪਿੰਡ ਦੇ ਸਰਪੰਚ ਸਰਦਾਰ ਸਰਵਨ ਸਿੰਘ ਦਿਓ ਨੇ ਗੱਲਬਾਤ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ। ਉੱਥੇ ਹੀ ਲਖੀਮਪੁਰ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ। ਤੁਸੀਂ ਦੇਖ ਰਹੇ ਹੋ ਫਤਿਹ ਨਿਊਜ਼ ਤੋਂ ਹਰਵਿੰਦਰ ਸਿੰਘ ਪੁੰਗਣੀ ਦੀ ਇਹ ਰਿਪੋਰਟ। ਪੰਜ ਸਾਹਿਬ, ਇਹ ਕੈਂਪ ਲੱਗਾ ਸੀ, ਇਹ ਕਿੰਨਵਾਂ ਕੈਂਪ ਹੈ ਆਪਣੇ ਵੈਕਸੀਨ ਦਾ? ਇਹ ਚੌਥਾ ਕੈਂਪ ਸੀ ਜੀ, ਤਿੰਨ ਕੈਂਪ ਪਹਿਲਾਂ ਲੱਗ ਚੁੱਕੇ ਆ। ਅਤੇ ਸਾਰੇ ਲੋਕਾਂ ਦੇ, ਨਗਨ ਵਾਸੀਆਂ ਦੇ ਹੋ ਚੁੱਕਾ ਜੀ ਇਹ? ਤਕਰੀਬਨ ਹੋ ਚੁੱਕਾ, ਕੋਈ ਇੱਕਾ ਦੁੱਕਾ ਰਹਿੰਦੇ ਵੀ ਹੋਣਗੇ ਤਾਂ ਹੋਰ ਕੈਂਪ ਵੀ ਲਵਾ ਲਾਂਗੇ ਜੀ। ਔਰ ਮੌਜੂਦਾ ਸਰਕਾਰ ਦੇ ਬਲਵਿੰਦਰ ਸਿੰਘ ਧਾਲੀਵਾਲ MLA ਆ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਠੀਕ ਹੈ ਜੀ, ਉਹ ਪੜ੍ਹੇ ਲਿਖੇ MLA ਆ, ਉਹ ਕਰ ਰਹੇ ਆ, ਵਧੀਆ ਕਰ ਰਹੇ ਜੋ ਕਰ ਰਹੇ ਆ ਜੀ। ਜਿੱਥੇ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਤੁਹਾਡਾ ਕਾਫੀ ਉਪਰਾਲਾ ਹੋ ਰਿਹਾ ਪਿੰਡ ਦੇ ਵਿਕਾਸ ਨੂੰ, ਅੱਗੇ ਤੁਹਾਡਾ ਕੀ ਕਹਿਣਾ ਜੀ? ਉਹ ਜੀ, ਮੈਂ ਤਾਂ ਕੋਸ਼ਿਸ਼ ਪੂਰੀ ਕਰ ਰਹੀ ਜੀ, ਉਹ ਤਾਂ ਮੇਰਾ ਫਰਜ਼ ਵੀ ਬਣਦਾ, ਪਿੰਡ ਨੇ ਮੇਰੇ 'ਤੇ ਆਸਾਂ ਰੱਖੀਆਂ ਅਤੇ ਸਰਪੰਚ ਬਣਾਇਆ ਸੀ, ਅਤੇ ਉਹ ਮੇਰਾ ਫਰਜ਼ ਹੀ ਬਣਦਾ। ਬਾਕੀ ਇੱਕ ਮੈਂ ਸ਼ਰਧਾਂਜਲੀ ਭੇਟ ਕਰਨੀ ਚਾਹੁੰਦਾ, ਜੋ ਲਖੀਮਪੁਰ 'ਚ ਹੋਇਆ ਉਹ ਬਹੁਤ ਹੀ ਨਿੰਦਣਯੋਗ ਘਟਨਾ ਸੀ, ਉਹਦੀ ਮੈਂ ਸਖ਼ਤ ਸ਼ਬਦ 'ਚ ਨਿਖੇਧੀ ਕਰਦਾ। ਔਰ ਜੇ ਗੱਲ ਕੀਤੀ ਜਾਵੇ ਲਖੀਮਪੁਰ ਦੇ ਕਿਸਾਨਾਂ ਦੀ, ਹਾਂਜੀ, ਜੋ ਉੱਥੇ ਸ਼ਹੀਦ ਹੋਏ ਨੇ, ਤੁਸੀਂ BJP ਸਰਕਾਰ ਨੂੰ ਕੀ ਮੰਗ ਕਰਨਾ ਚਾਹੁੰਦੇ ਜਿਹੜੇ ਕਾਲੇ ਕਾਨੂੰਨ ਕੀਤੇ? ਦੇਖੋ ਜੀ, ਕਾਲੇ ਕਾਨੂੰਨ ਤਾਂ ਬਿਲਕੁਲ ਉਹ ਵਾਪਸੀ ਕੈਂਸਲ ਕਰਨੇ ਚਾਹੀਦੇ ਆ, ਲਾਗੂ ਹੋਣ ਨਹੀਂ ਕਰਨੇ ਚਾਹੀਦੇ, ਅਤੇ ਬਾਕੀ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ, ਉਹ ਤਾਂ ਕਰਦੇ ਹੀ ਨਹੀਂ। ਪ੍ਰਧਾਨ ਮੰਤਰੀ ਇੱਕ ਵਾਰ ਪਹਿਲ ਨਹੀਂ ਕੀਤੀ, ਨਾ ਕਦੀ ਕਦੀ ਮੀਡੀਆ 'ਚ ਬੋਲਿਆ ਇਹਨਾਂ ਬਿੱਲਾਂ ਬਾਰੇ, ਉਹ ਹੋਰ ਇਹ ਕੰਮ ਕਰੀ ਜਾਂਦੇ ਆ BJP ਦੇ ਲੀਡਰ। ਸ਼ਾਂਤ ਬਾਈ ਲੋਕ ਬੈਠੇ, ਉਹਨਾਂ 'ਤੇ ਗੱਡੀਆਂ ਚੜ੍ਹ ਚੜ੍ਹ ਸ਼ਹੀਦ ਕਰ ਦਿੱਤੇ, ਇਹ ਕੋਈ ਇਨਸਾਨੀਅਤ ਨਹੀਂ। ਇਸ ਘਟਨਾ ਬਾਰੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜੇ ਇਹ ਨੇਤਾ ਦੇ ਬੇਟੇ ਨੇ ਕੀਤੀ ਆ ਜੀ, ਉਹਨਾਂ ਨੂੰ ਤੁਸੀਂ? ਉਹ ਤਾਂ ਪੂਰਾ ਐਕਸ਼ਨ ਲਿਆ ਜਾਵੇ ਜੀ ਕੋਰਟ ਵੱਲੋਂ, ਉਹ ਤਾਂ ਹੁਣ ਫੜੇ ਹੀ ਲਿਆ ਵੈਸੇ, ਅਤੇ ਉਹਨੂੰ ਉਹਦੀ ਕੀਤੀ ਸਜ਼ਾ ਮਿਲੇ, ਉਹਨੂੰ ਫਾਂਸੀ ਹੋਣੀ ਚਾਹੀਦੀ ਮੇਰੇ ਹਿਸਾਬ ਨਾਲ ਤਾਂ ਜੀ। ਥੈਂਕ ਯੂ ਸਰ। ਮੈਡਮ, ਅੱਜ ਵੈਕਸੀਨ ਕੈਂਪ ਲੱਗਾ ਵਾ, ਇਹ ਕਿਹੜੇ ਪਿੰਡ ਲੱਗਾ? ਅੱਜ ਦਾ ਵੈਕਸੀਨ ਕੈਂਪ ਪਿੰਡ ਝੇੜੂ ਵਿੱਚ ਸਾਡੇ SMO ਸਰ ਡਾਕਟਰ ਮਨਜੀਤ ਸਿੰਘ ਸੋਢੀ ਦੁਆਰਾ ਅਰੇਂਜ ਕਰਵਾਇਆ ਗਿਆ। ਕਿੰਨੀ ਵੈਕਸੀਨ ਆ ਰਹੀ ਹੈ ਤੁਹਾਡੇ ਕੋਲ? ਸਾਡੇ ਕੋਲ ਮੈਕਸੀਮਮ ਵੈਕਸੀਨ ਆਈ ਹੋਈ ਆ, ਫਿਲਹਾਲ ਅਸੀਂ ਝੇੜੂ ਵਾਸਤੇ 150 ਡੋਜ਼ ਲੈ ਰਹੇ ਹਾਂ। ਅਤੇ ਕੋਈ ਤੁਹਾਨੂੰ ਪਰੇਸ਼ਾਨੀ ਆਈ ਲੋਕਾਂ ਤੋਂ? ਨਹੀਂ ਨਹੀਂ, ਹੁਣ ਤੱਕ ਤਾਂ ਕੋਈ ਪਰੇਸ਼ਾਨੀ ਨਹੀਂ ਆਈ, ਕਿਉਂਕਿ ਕਾਫੀ ਵੈਕਸੀਨ ਲੱਗ ਚੁੱਕੀ ਹੈ, ਸੈਕਿੰਡ ਡੋਜ਼ ਪੈਂਡਿੰਗ ਆ, ਫਸਟ ਡੋਜ਼ ਦੀ ਕਵਰੇਜ ਤਕਰੀਬਨ 80% ਹੋ ਚੁੱਕੀ ਹੈ, ਇਸ ਕਰਕੇ ਲੋਕਾਂ ਦੁਆਰਾ ਹੁਣ ਜਿਹੜੀ ਸੈਕਿੰਡ ਡੋਜ਼ ਆ ਉਹ ਵੀ ਲਗਵਾਈ ਆ ਰਹੀ ਹੈ। ਅਤੇ ਲੋਕਾਂ ਦੇ ਜਿਨ੍ਹਾਂ ਦੇ ਲੱਗੀਆਂ ਨੇ ਵੈਕਸੀਨ ਲੱਗੇ ਨਹੀਂ, ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ? ਉਹਨਾਂ ਦੁਆਰਾ ਆਸ਼ਾ ਵਰਕਰ ਦੁਆਰਾ ਘਰ ਘਰ ਵਿੱਚ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਜਲਦੀ ਤੋਂ ਜਲਦੀ ਆਪਣੀ ਫਸਟ ਡੋਜ਼ ਅਤੇ ਸੈਕਿੰਡ ਡੋਜ਼ ਕੰਪਲੀਟ ਕਰੀ ਜਾਵੇ ਤਾਂ ਕਿ ਅਸੀਂ ਪਿੰਡ ਦੀ 100% ਕਵਰੇਜ ਕਰ ਸਕੀਏ। ਤੁਹਾਡੇ ਡਿਪਾਰਟਮੈਂਟ ਤੋਂ ਕੁਛ ਮੰਗ ਹੈ ਸਰਕਾਰ ਨੂੰ? ਡਿਪਾਰਟਮੈਂਟ ਵੱਲੋਂ ਲੋਕਾਂ ਲਈ ਕਾਫੀ ਸਹੂਲਤਾਂ ਅਰੇਂਜ ਕਰਵਾਈਆਂ ਜਾ ਰਹੀਆਂ ਹੈ, ਫਿਰ ਵੀ ਜੋ ਵੀ ਮਤਲਬ ਕਿ ਸਾਨੂੰ ਥੋੜ੍ਹੀ ਬਹੁਤੀ ਕਮੀ ਆ ਰਹੀ ਆ, ਜਿਵੇਂ ਸਿਰਿੰਜਸ ਵਗੈਰਾ ਜਾਂ ਫਿਰ ਮੈਨ ਪਾਵਰ, ਉਹਨਾਂ ਲਈ ਅਸੀਂ ਕਹਿੰਦੇ ਹਾਂ ਕਿ ਉਹ ਸਾਨੂੰ ਪ੍ਰੋਵਾਈਡ ਕਰਵਾਉਣਗੇ। ਠੀਕ, ਥੈਂਕ ਯੂ।